ਵਾਲੀ ਜਗ੍ਹਾ ਦਾ ਵਾਸੀ ਹੈਗਾ। ਅਸੀਂ ਇੱਥੇ ਸਾਡੇ ਪਲਾਟ ਘਰ ਦੇ ਨਾਲ ਜਿਹੜਾ ਹੈਗਾ ਬੜੀ ਗੰਦਗੀ ਫੈਲੀ ਹੋਈ ਹੈ ਅਤੇ ਬੂਟੇ ਬਹੁਤ ਜ਼ਿਆਦਾ ਨਿਕਲੇ ਹੋਏ ਨੇ ਇੱਥੋਂ, ਸੱਪ ਵਗੈਰਾ ਬਿੱਛੂ ਵਗੈਰਾ ਸਭ ਕੁਝ ਨਿਕਲਦੇ ਨੇ। ਉਸ ਰਿਗਾਰਡਿੰਗ ਮੈਡਮ ਨੂਥਰਾ ਜੀ ਨੂੰ ਬੁਲਾਇਆ ਇੱਥੇ ਅਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਹੈ ਕਿ ਤੁਸੀਂ ਇਹਦੇ ਉੱਤੇ ਥੋੜ੍ਹੀ ਸੁਣਵਾਈ ਕਰੋ ਅਤੇ ਸਾਡੇ ਇੱਥੇ ਗ੍ਰੀਨਰੀ ਕਰਵਾਓ ਅਤੇ ਨਾਲ ਸਫਾਈ ਕਰਵਾਓ। ਅਤੇ ਸਾਨੂੰ ਆਸ਼ਾ ਹੈਗੀ ਹੈ ਕਿ ਮੈਡਮ ਜੀ ਜਿਹੜਾ ਜਲਦੀ ਇਹਦੇ 'ਤੇ ਜਿਹੜਾ ਕੰਮ ਕਰਨਗੇ ਅਤੇ ਸਾਡੀ ਸੁਣਵਾਈ ਹੋਏਗੀ। ਅੱਜ ਐਮ ਸੀ ਕਲੋਨੀ ਦੇ ਕੁਛ ਸਾਡੇ ਵਸਨੀਕ ਜਿਨ੍ਹਾਂ ਨੇ ਸਾਨੂੰ ਅੱਜ ਕਾਲ ਕੀਤੀ ਸੀ ਕਿਉਂਕਿ ਇੱਥੇ ਪਲਾਟ ਖਾਲੀ ਹੋਣ ਕਰਕੇ ਅਤੇ ਉਹਦੇ ਵਿੱਚ ਕੁਛ ਜਗ੍ਹਾ ਜਿਹੜੀ ਇਹ ਕਮੇਟੀ ਦੀ ਆਉਂਦੀ ਹੈ ਅਤੇ ਜਿੱਥੇ ਕਾਫੀ ਪੇੜ ਪੌਦੇ ਉੱਗੇ ਹੋਏ ਨੇ ਜਿਹਦੇ ਕਰਕੇ ਇੱਥੇ ਸੱਪ ਬਿੱਛੂ ਜਾਂ ਹੋਰ ਕਈ ਤਰ੍ਹਾਂ ਦੇ ਜਿਹੜੇ ਕੀ ਪਤੰਗੇ ਨੇ ਇੱਥੇ ਆਉਂਦੇ ਨੇ, ਜਿਹਦੇ ਕਰਕੇ ਇੱਥੇ ਰਹਿਣ ਵਾਲੇ ਜਿਹੜੇ ਵਸਨੀਕ ਨੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਕਿਤੇ ਨਾ ਕਿਤੇ ਖਤਰੇ ਦਾ ਵੀ ਕਾਰਨ ਬਣ ਸਕਦਾ। ਤਾਂ ਅੱਜ ਇਹਨਾਂ ਨੇ ਮੈਨੂੰ ਮੰਗ ਪੱਤਰ ਦਿੱਤਾ ਜਿਹਦੇ ਵਿੱਚ ਇਹਨਾਂ ਦੀ ਡਿਮਾਂਡ ਇਹੀ ਹੋਵੇ ਕਿ ਜਿਹੜੀ ਜਗ੍ਹਾ ਕਮੇਟੀ ਦੇ ਅੰਦਰ ਆਉਂਦੀ ਹੈ 8 ਫੁੱਟ ਜਗ੍ਹਾ ਉਹਦੀ ਸਫਾਈ ਕਰਵਾਈ ਜਾਵੇ ਤਾਂ ਕਿ ਇੱਥੇ ਪਲਾਂਟੇਸ਼ਨ ਕਰਵਾ ਕੇ ਗ੍ਰੀਨਰੀ ਮੇਨਟੇਨ ਕੀਤੀ ਜਾ ਸਕੇ ਔਰ ਜਿਹੜੀ ਉਹ ਜਗ੍ਹਾ ਹੈ ਉਹ ਪ੍ਰੋਪਰ ਤਰੀਕੇ ਨਾਲ ਕਮੇਟੀ